ਗੁਰੂ ਨਾਨਕ ਸਿੱਖ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਯੂਕੇ ਦੀਆਂ ਸੰਗਤਾਂ ਲਈ ਖੁਸ਼ਖਬਰੀ ਹੈ ਕਿ ਜਿਹੜੀ ਇੱਥੇ ਕਾਰ ਪਾਰਕਿੰਗ ਦੀ ਮੁਸ਼ਕਲ ਸਾਹਮਣੇ ਆ ਰਹੀ ਸੀ ਉਸਦਾ ਇੰਤਜ਼ਾਮ ਕੌਂਸਲ ਵੱਲੋਂ ਕਰ ਦਿੱਤਾ ਗਿਆ। ਸਿਟੀ ਵੁਲਵਰਹੈਂਪਟਨ ਦੇ ਲੀਡਰ ਕੌਂਸਲਰ ਈਅਨ ਬਰੁਕਫੀਲਡ, ਆਪਣੇ ਸਾਥੀਆਂ, ਸਿਟੀ ਇਕਨੋਮੀ ਦੇ ਇੰਚਾਰਜ ਕੌਂਸਲਰ ਹਰਮਨ ਬਾਂਗੜ, ਬਲੈਕਨਹਾਲ ਵਾਰਡ ਦੇ ਚੇਅਰਮੈਨ ਕੌਂਸਲਰ ਸ਼ੈਨਾ ਸ਼ੇਮਿਊ, ਕੌਂਸਲਰ ਜੈ ਦੇਹੀਅਰ ਅਤੇ ਸਾਬਕਾ ਕੌਂਸਲਰ ਦਲਸੇਮ ਦੇ ਨਾਲ ਪਹੁੰਚੇ। ਇਸ ਮੌਕੇ 'ਤੇ ਉਹਨਾਂ ਨੇ ਐਲਾਨ ਕੀਤਾ ਕਿ ਜੋ ਆਪਣੇ ਪਿਛਲੇ 20-30 ਸਾਲ ਤੋਂ ਬਲੈਕਨਹਾਲ ਵਿੱਚ ਪਾਰਕਿੰਗ ਦੀ ਸਮੱਸਿਆ ਸੀ ਉਸ ਦੇ ਹੱਲ ਲਈ ਤਰਕੀਬ ਲੈ ਕੇ ਆਏ ਹਾਂ, ਜਿਸ ਦੇ 2-3 ਪੜਾਅ ਹੋਣਗੇ। ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਲੱਗਣ ਵਾਲੀ ਸਟਰੀਟ ਨੂੰ ਗੁਰਦੁਆਰਾ ਲਈ ਅਲਾਟ ਕੀਤਾ। ਇਸ ਤੋਂ ਬਿਨਾਂ ਉਹਨਾਂ ਨੇ ਅੱਗੇ ਵੀ ਜ਼ਰੂਰਤ ਦੇ ਮੁਤਾਬਕ ਪਾਰਕਿੰਗ ਲਈ ਜਗ੍ਹਾ ਦਬਾਉਣ ਦਾ ਭਰੋਸਾ ਦਵਾਇਆ। ਇਸ ਤੋਂ ਉਪਰਾਲੇ ਸਦਕਾ ਉਹਨਾਂ ਨੂੰ ਸਿਰਪਾਓ ਪਾ ਕੇ ਅਤੇ ਸ਼ੀਲ ਦੇ ਕੇ ਸਨਮਾਨਿਤ ਕੀਤਾ ਗਿਆ। ਬਿਊਰੋ ਰਿਪੋਰਟ, ਆਵਾਜ਼ ਕਮ ਟੀਵੀ।